ਮਾਸਟਰ ਕੈਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਟੀਚਰਸ ਟਰਾਂਸਫਰ 2023 ਨੂੰ ਲੈ ਕੇ ਇੱਕ ਵੱਡੀ ਅਪਡੇਟ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਹੁਣੇ-ਹੁਣੇ ਜਿਹੜੀ ਉਹ ਆਈ ਹੈ ਇੱਕ ਨਵਾਂ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਹੈ ਤਾਂ ਜਿਦੇ ਅਨੁਸਾਰ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਹਿਲਾਂ ਪ੍ਰੋਸੈਸ ਜਿਹੜਾ ਉਹ ਸਟੇਸ਼ਨ ਚੋਇਸ ਤੱਕ ਪਹੁੰਚ ਗਿਆ ਸੀ ਤਾਂ ਉਸ ਪ੍ਰੋਸੈਸ ਨੂੰ ਰੱਦ ਕਰਕੇ ਸਾਰਾ ਪ੍ਰੋਸੈਸ ਉਹ ਰੱਦ ਕਰਕੇ ਨਵੇਂ ਸਿਰੇ ਤੋਂ ਪ੍ਰੋਸੈਸ ਜਿਹੜਾ ਸਟਾਰਟ ਕੀਤਾ ਹੈ ਤਾਂ ਇਹਦੇ ਵਿੱਚ ਕੀ ਹੁਣ ਜਿਨ੍ਹਾਂ ਨੇ ਪੁਰਾਣਾ ਡਾਟਾ ਜਿਹਦਾ ਭਰਿਆ ਹੋਇਆ ਸੀ ਉਹਨਾਂ ਨੇ ਵੀ ਦੁਬਾਰਾ ਤੋਂ ਭਰਨਾ ਜਾਂ ਉਹਨਾਂ ਦਾ ਉਹੀ ਸੇਮ ਡਾਟਾ ਰਹਿ ਜਾਊਗਾ ਤੇ ਜਿਨ੍ਹਾਂ ਦਾ ਡਾਟਾ ਮਿਸਮੈਚ ਹੋ ਰਿਹਾ ਸੀ ਉਹਨਾਂ ਲਈ ਕੀ ਨਵੀਂ ਕੰਡੀਸ਼ਨ ਹੈ ਜਿਹੜੀ ਉਹ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਆਈ ਹੈ ਵੀਡੀਓ 'ਚ ਆਪਾਂ ਇਹਦੇ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਡਿਟੇਲ 'ਚ ਤੁਸੀਂ ਵੀਡੀਓ ਨੂੰ ਐਂਡ ਤੱਕ ਧਿਆਨ ਨਾਲ ਸੁਣਿਓ ਤੇ ਇੱਕ ਹੋਰ ਡਾਟਾ ਕਿਸ ਤਰ੍ਹਾਂ ਭਰਨਾ ਹੈ ਇਹਦੀ ਵੀ ਇੱਕ ਵੀਡੀਓ ਆਪਾਂ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਉਹਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਾਂਗੇ ਤੁਸੀਂ ਉੱਥੇ ਜਾ ਕੇ ਦੁਬਾਰਾ ਤੋਂ ਡਾਟਾ ਕਿਵੇਂ ਭਰਨਾ ਹੈ ਉਹ ਦੇਖ ਕੇ ਭਰ ਸਕਦੇ ਹੋ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਮਾਸਟਰ ਕਿਟਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਉੱpon ਬਟਨ ਪ੍ਰੈਸ ਕਰ ਦਿਓ ਤਾਂ ਕਿ ਬਦਲਿਆਂ ਨਾਲ ਸੰਬੰਧਿਤ ਹਰ ਇੱਕ ਅਪਡੇਟ ਤੁਹਾਡੇ ਤੱਕ ਸਮੇਂ ਸਿਰ ਜੜੀ ਉਹ ਮਿਲਦੀ ਰਹੇ ਤੇ ਚੈਨਲ ਦਾ ਲਿੰਕ ਕਮੈਂਟ ਬਾਕਸ ਦੇ ਵਿੱਚ ਦੇਵਾਂਗੇ ਟੈਲੀਗ੍ਰਾਮ ਦਾ ਉਹਨੂੰ ਵੀ ਜੁਆਇਨ ਕਰ ਲਿਓ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਇੱਕ ਸਟੇਸ਼ਨ ਚੋਇਸ ਤੱਕ ਜਿਹੜਾ ਸਾਰਾ ਸਿਸਟਮ ਪਹੁੰਚ ਗਿਆ ਸੀ ਪਰ ਇੱਕੋਦਮ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਦੋ ਮੇਨ ਕਾਰਨ ਨੇ ਜਿਨ੍ਹਾਂ ਕਰਕੇ ਬਦਲੇ ਜਾਂਦਾ ਪ੍ਰੋਸੈਸ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਸੀ ਉਹ ਮੇਨ ਕਾਰਨ ਕੀ ਨੇ ਤੇ ਨਾਲ ਤੁਹਾਨੂੰ ਦੱਸਾਂਗੇ ਕਿ ਜਿਹੜਿਆਂ ਨੇ ਪਹਿਲਾਂ ਡਾਟਾ ਭਰਿਆ ਕਿ ਉਹਨਾਂ ਨੇ ਵੀ ਦੁਬਾਰਾ ਭਰਨਾ ਹੈ ਜਾਂ ਉਹਨਾਂ ਦਾ ਉਹੀ ਸੇਮ ਡਾਟਾ ਰਹੇਗਾ ਜਿਹੜਾ ਉਹਦਾ ਮੇਨ ਕਾਰਨ ਹੈ ਰੱਦ ਕਰਨ ਦਾ ਇੱਕ ਨੰਬਰ ਤੇ ਤਾਂ ਹੈਗਾ ਕਿ ਪ੍ਰਿੰਸੀਪਲ ਤੇ ਸਕੂਲ ਮੁਖੀ ਅਤੇ ਡੀਡੀਓ ਸਹਿਬਾਨਾ ਵੱਲੋਂ ਜੋ ਡਾਟਾ ਭੇਜਿਆ ਗਿਆ ਸੀ ਉਹਦੇ ਵਿੱਚ ਕਾਫੀ ਜ਼ਿਆਦਾ ਫੇਰ ਬਦਲ ਸੀਗਾ ਜਿਵੇਂ ਕਿ ਕਈ ਜਗ੍ਹਾ ਸਾਮੀ ਖਾਲੀ ਸੀ ਕਈ ਜਗ੍ਹਾ ਸਾਮੀ ਭਰੀ ਹੋਈ ਸੀ ਤਾਂ ਉਹ ਉਲਟ ਫੁਲਟ ਭਰਨੇ ਭਰੀ ਹੋਣ ਕਰਕੇ ਤੇ ਦੂਸਰਾ ਨੰਬਰ ਜਿਹੜਾ ਉਹ 4 ਨੰਬਰ ਇਸ ਨੋਟੀਫਿਕੇਸ਼ਨ ਦੇ ਵਿੱਚ 4 ਨੰਬਰ ਪੁਆਇੰਟ ਤੇ ਲਿਖਿਆ ਗਿਆ ਹੈ ਕਿ ਵੱਡੀ ਗਿਣਤੀ ਵਿੱਚ ਅਧਿਆਪਕਾਂ ਵੱਲੋਂ ਵਿਭਾਗ ਨਾਲ ਸੰਪਰਕ ਕਰਕੇ ਦੱਸਿਆ ਗਿਆ ਹੈ ਕਿ ਉਹਨਾਂ ਵੱਲੋਂ ਭਰਿਆ ਜਾ ਗਿਆ ਡਾਟਾ ਜਿਹੜਾ ਉਹ ਮਿਸਮੈਚ ਹੋ ਗਿਆ ਸੀ ਇਸ ਕਰਕੇ ਉਹ एलिजिਬਲ ਨਹੀਂ ਮੰਨੇ ਸੀ ਇਸ ਕਰਕੇ ਉਹਨਾਂ ਦੀ ਮੰਗ ਕੀਤੀ ਗਈ ਹੈ ਕਿ ਡਾਟਾ ਦਰੁਸਤ ਕਰਨ ਲਈ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਅਧਿਆਪਕਾਂ ਦੀ ਮੰਗ ਨੂੰ ਮੰਨਦੇ ਹੋਏ ਵਿਭਾਗ ਵੱਲੋਂ ਲੜੀ ਨੰਬਰ 3 ਅਨੁਸਾਰ ਜੋ ਅਧਿਆਪਕ ਕੰਪਿਊਟਰ ਅਧਿਆਪਕ ਇਹਦੇ ਵਿੱਚ ਆਉਂਦੇ ਨੇ ਤਾਂ ਉਹ ਆਪਣਾ ਡਾਟਾ ਜਿਹੜਾ ਉਹ ਭਰ ਸਕਦੇ ਨੇ ਦੁਵਾਰਾ ਤੋਂ ਜੋ ਅਧਿਆਪਕ ਕੰਪਿਊਟਰ ਫੈਕਲਟੀ ਤੇ ਨਾਨ ਟੀਚਿੰਗ ਸਟਾਫ ਪਾਲਿਸੀ ਅਨੁਸਾਰ ਕਵਰ ਹੁੰਦੇ ਹਨ ਤੇ ਬਦਲੀ ਕਰਾਉਣਾ ਚਾਹੁੰਦੇ ਹਨ ਉਹ ਨਵੇਂ ਸਿਰੇ ਤੋਂ ਆਪਣਾ ਜਿਹੜਾ ਵੇਰਵਾ ਉਹ ਆਪਣੀ ਜਰਨਲ ਡਿਟੇਲ ਰਿਜ਼ਲਟ ਸਰਵਿਸ ਰਿਕਾਰਡ ਮਿਤੀ 28 ਜਨਕਿ ਅੱਜ ਤੋਂ ਲੈ ਕੇ 2 ਮਈ 2023 ਤੱਕ ਉਹ ਆਪਣਾ ਡਾਟਾ ਭਰ ਸਕਦੇ ਨੇ ਤੇ ਜਿਨ੍ਹਾਂ ਨੇ ਪਹਿਲਾਂ ਡਾਟਾ ਭਰਿਆ ਹੋਇਆ ਉਹ ਸਾਰਿਆਂ ਨੇ ਡਾਟਾ ਦੁਬਾਰਾ ਭਰਨਾ ਕਿਸੇ ਦਾ ਵੀ ਇਹ ਨਹੀਂ ਹੈਗਾ ਕਿ ਪਹਿਲਾਂ ਵਾਲਾ ਮੰਨ ਲੈ ਲਜਾਊਗਾ ਉਹ ਡਾਟਾ ਉਹਨਾਂ ਦਾ ਵਿਚਾਰਿਆ ਨਹੀਂ ਜਾਣਾ ਇਸ ਕਰਕੇ ਜਿਨ੍ਹਾਂ ਦਾ ਮਿਸਮੈਚ ਹੋ ਰਿਹਾ ਸੀ ਉਹਨਾਂ ਨੂੰ ਇੱਕ ਮੌਕਾ ਹੋਰ ਦਿੱਤਾ ਗਿਆ ਤੇ ਤੁਸੀਂ ਡਾਟਾ ਆਪਣਾ ਦੁਬਾਰਾ ਤੋਂ ਸਹੀ ਭਰ ਸਕਦੇ ਹੋ ਤੇ ਭਰਨਾ ਕਿਸ ਤਰ੍ਹਾਂ ਉਹਦੀ ਇੱਕ ਵੀਡੀਓ ਅਸੀਂ ਪਹਿਲਾਂ ਹੀ YouTube ਤੇ ਅਪਲੋਡ ਕੀਤੀ ਹੋਈ ਹੈ ਤੁਸੀਂ ਉਸ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਆਪਣਾ ਡਾਟਾ ਭਰ ਸਕਦੇ ਹੋ ਇਸ ਤੋਂ ਇਲਾਵਾ 6 ਨੰਬਰ ਪੁਆਇੰਟ ਜਿਹਦੇ ਵਿੱਚ ਕਿ ਅਧਿਆਪਕ ਫੈਕਲਟੀ ਤੇ ਨਾਨ ਟੀਚਿੰਗ ਸਟਾਫ ਵੱਲੋਂ ਜਿਹੜੀਆਂ ਬੇਨਤੀਆਂ ਸੰਬੰਧੀ ਵੱਖ-ਵੱਖ ਮੋਡੀਊਲ ਭਰੇ ਜਾਣੇ ਨੇ ਜਿਹਦੇ ਵਿੱਚ ਤੁਹਾਡਾ ਜਿਹੜਾ ਅਪਡੇਟ ਜਰਨਲ ਡਿਟੇਲ ਕਰਨੀ ਆ ਫਿਰ ਰਿਜ਼ਲਟ ਆ ਫਿਰ ਤੁਹਾਡਾ ਸਰਵਿਸ ਰਿਕਾਰਡ ਤਾਂ ਤਿੰਨੋਂ ਮੋਡੀਊਲ ਤੁਸੀਂ ਭਰਨੇ ਆ ਤੇ ਇਹਨਾਂ ਨੂੰ ਤੁਮ ਭਰਨ ਤੋਂ ਪ੍ਰੰਤ ਅਪਰੂਵ ਬਟਨ ਜਿਹੜਾ ਉਹ ਦੱਬਣਾ ਹੈ ਤਾਂ ਬਾਕੀ ਸਾਰੇ ਵੇਰਵੇ ਨੇ ਉਹ ਬਿਲਕੁਲ ਉਸੇ ਤਰ੍ਹਾਂ ਹੀ ਹਨ ਜਿਵੇਂ ਤੁਸੀਂ ਪਹਿਲਾਂ ਭਰੇ ਨੇ ਸਾਰੇ ਉਹੀ ਪੁਆਇੰਟ ਨੇ ਫਿਲਹਾਲ ਦੇ ਲਈ ਇਹੀ ਅਪਡੇਟ ਸੀ ਕਿ ਡਾਟਾ ਤੁਸੀਂ ਦੁਬਾਰਾ ਭਰਨਾ ਹੈ ਇਨਾਂ ਦਾ ਪਹਿਲਾਂ ਮਿਸਮੈਚ ਹੋ ਗਿਆ ਸੀ ਉਹ ਦੁਬਾਰਾ ਸਹੀ ਕਰਕੇ ਭਰ ਸਕਦੇ ਆਪਣਾ ਤੇ ਇਹ 28 ਯਾਨੀ ਕਿ ਅੱਜ ਤੋਂ ਲੈ ਕੇ 2 ਮਈ 2023 ਤੱਕ ਤੁਹਾਨੂੰ 4 ਦਿਨ ਇਹਦੇ ਲਈ ਮਿਲੇ ਨੇ 5 ਦਿਨ ਸੌਰੀ ਤੁਸੀਂ 5 ਦਿਨ ਦੇ ਵਿੱਚ ਵਿੱਚ ਆਪਣਾ ਡਾਟਾ ਜਿਹੜਾ ਉਹ ਭਰਨਾ ਹੈ ਤੇ ਉਸ ਤੋਂ ਬਾਅਦ ਡੀਡੀਓ ਜਾਂ ਪ੍ਰਿੰਸੀਪਲ ਸਰ ਵੱਲੋਂ ਇਹ ਅਪਰੂਵ ਕੀਤਾ ਜਾਣਾ ਉਹਦਾ ਨੋਟੀਫਿਕੇਸ਼ਨ ਅਲੱਗ ਤੋਂ ਆ ਜਾਊਗਾ ਫਿਰ ਤੁਸੀਂ ਚੈਨਲ ਦੇ ਨਾਲ ਬਣੇ ਰਹੋ ਜਦੋਂ ਵੀ ਇੱਥੇ ਕੋਈ ਅਪਡੇਟ ਆਉਂਦੀ ਹੈ ਤਾਂ ਆਪਾਂ ਵੀਡੀਓ ਪਾ ਕੇ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਥੈਂਕ ਯੂ ਸੋ ਮੱਚ